जिस भी टॉपिक दी वीडियो भावें पोएट्री है फनी है या वीलॉग उस नाल चलदे मिलदे जिहड़े नॉन स्टॉप तुहाडा जिहड़ा वर्क है उहदे विच कोई स्टॉप नहीं आता। बिस्मिल्लाह रहमान रहीम के हाल है मिठियां दा बग्गू गोशियां दा ठीक हो तुसी वेख रहे हो साडा यूट्यूब चैनल कुछ ते बोल पंजाबी विच ठीक हो गया। साडे नाल जनाब बड़ियां बड़ियां हस्तियां मौजूद नो ते चाय शाय पी रही गप शप कर रहे हैं ते असी तुहाडी गल कराने हैं जनाब नमान बुट्टा साहब नाल। ये फस गया। हाँ जी जनाब की हाल है ठीक ठाक हो जनाब। बड़ा शुक्रिया जनाब नसर इकबाल साहब तुसा सानू भी कुछ बोलने का मौका फराहम किया ये चुप है ते थानू कोई पता नहीं असि कित्थे बैठे रब्बो आ गए इत्थे जैतून सिटी जनाब लाहौर में बैठे हैं जिहड़ा चैनल है ना कुछ ते बोल पंजाबी विच इस उत्ते पंजाबी दे रिलेटिव काफ़ी पोइट्री और पंजाबी दी सकाफत और चीज़ां जिहड़ियां ओ ਤੁਹਾਨੂੰ ਅੱਗੇ ਵੀ ਮਿਲਦੀਆਂ ਮਜ਼ੀਦ ਕੁਝ ਨਿਖਾਰ ਕੇ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਚਲਿਏ ਸ਼ੁਰੂ ਕਰਦੇ ਹੈ। ਹਾਂਜੀ ਕੀ ਹਾਲ ਚਾਲ ਨੇ ਸਾਰੇ ਉਮੀਦ ਹੈ ਠੀਕ ਹੋ ਸਕਦੇ ਮੇਰੇ ਨਾਲ ਅੱਜ ਨਾ ਬੜੇ ਸੀਨੀਅਰ ਤੇ ਬੜੇ ਥੱਕੇ ਯੂਟਿਊਬਰ ਬੈਠੇ ਤੇ ਇਹਨਾਂ ਕੋਲੋਂ ਨਾ ਅੱਜ ਕੋਈ ਟਿਪਸ ਲੈਂਦੇ ਆ ਜਿਹੜਾ ਨਹੀਂ ਕੋਈ ਯੂਟਿਊਬ ਤੇ ਕਾਮਯਾਬ ਬਣ ਵਾਸਤੇ ਸੋਸ਼ਲ ਮੀਡੀਆ ਬੜੇ ਐਕਟਿਵ ਨੇ ਸੋਸ਼ਲ ਮੀਡੀਆ ਤੇ ਯੂਟਿਊਬ ਫੇਸਬੁੱਕ ਤੇ ਇੰਸਟਾਗ੍ਰਾਮ ਬੇਸ਼ੱਕ ਇਹਨਾਂ ਦੀ ਵੀਡੀਓ ਵੇਖਦਾ ਕੋਈ ਨਹੀਂ ਫਿਰ ਵੀ ਜਿਹੜਾ ਇਹਨਾਂ ਨੂੰ ਇੱਕ ਇੱਕ ਨਾਲ ਟਿਪ ਲੈਂਦੇ ਆ ਜਿਹੜੀ ਤਾਂ ਕਿ ਤੁਹਾਡਾ ਵੀ ਫਾਇਦੇਮੰਦ ਹੋਵੇ ਐਂਡ ਤੇ ਫਿਰ ਮੈਂ ਵੀ ਇੱਕ ਗੱਲ ਦੱਸਾਂ ਦਾ। ਅੱਛਾ ਜੀ ਪਹਿਲੀ ਗੱਲ ਇਹ ਕਿ ਅਗਰ ਤੁਸੀਂ ਕਾਮਯਾਬ ਹੋਣਾ ਚਾਹੁੰਦੇ ਹੋ ਕੋਈ ਵੀ ਚਲੋ ਸਾਡੀ ਕੋਈ ਵੀਡੀਓ ਬਣਾਵੇ ਕੋਈ ਵੇਖਦਾ ਜਿਹੜੇ ਵੇਖਦਾ ਕਿਉਂਕਿ ਅਸੀਂ ਵੀਡੀਓ ਬਣਾ ਕੇ ਚਾਦਰ ਪਾਸ਼ ਵੀ ਕਿਵੇਂ ਵੇਖਣੀ ਅਗਰ ਤੁਸੀਂ ਸੋਸ਼ਲ ਮੀਡੀਆ 'ਤੇ ਨਾ ਕਦਮ ਰੱਖ ਲਿਆ ਤੁਹਾਨੂੰ ਸ਼ਰਮ ਚਾਕਾ ਇਹ ਸਾਰੀਆਂ ਚੀਜ਼ਾਂ ਖਤਮ ਕਰਨੀਆਂ ਪੈਣੀਆਂ ਜਿਹੜਾ ਕਰਨਾ ਨਾ ਫਿਰ ਉਹ ਕਰਨਾ। ਇਹ ਬੜੀ ਅੱਛੀ ਬਾਤ ਕਹੀ ਆ ਇਕਬਾਲ ਦੀ ਤਰ੍ਹਾਂ ਸ਼ਰਮ ਹੋਣਾ ਪੈਣਾ ਗਜਬ ਬੇਇੱਜ਼ਤੀ ਹੈ। ਨਹੀਂ ਬਾਈ ਜੀ ਇਹਦੇ ਵਿੱਚ ਕੰਮ ਹੀ ਹੈ ਅਗਰ ਇਹਦੀ ਕਾਮਯਾਬ ਹੋਣਾ ਹੈ ਇਧਰੋਂ ਸੁਣੋ ਇਧਰੋਂ ਕੱਢ ਛੜੋ ਜੇ ਇਸ ਮਤਲਬ ਇਧਰੋਂ ਸੁਣ ਕੇ ਇਹਦਾ ਜਵਾਬ ਦੇ ਆ ਤਾਂ ਇਹ ਕੱਢਣੇ ਤੇ ਕੱਢਣੇ ਹੀ ਹੈ ਤੇ ਫਿਰ ਸੁਣੋ ਹੀ ਨਾ ਸੁਣੋ ਇਸ ਬਿਹਤਰ ਨੂੰ ਸੁਣੋ ਹੀ ਨਾ ਤਾਂ ਇਹਦੇ ਵਾਸਤੇ ਨਾ ਮਤਲਬ ਲਾਜ਼ਮੀ ਹੈ ਕਿ ਇੱਕ ਤੇ ਤੁਹਾਨੂੰ ਛੋਟੀ ਜਿਹੀ ਗੱਲ ਵੀ ਦੱਸੀਏ ਕਿ ਮਿਨੀਮਮ 3 ਮਹੀਨੇ 90 ਦਿਨ ਨੌਨ ਸਟਾਪ ਤੁਹਾਡਾ ਜਿਹੜਾ ਵਰਕ ਹੈ ਨਾ ਉਹਦੇ ਵਿੱਚ ਕੋਈ ਸਟਾਪ ਨਹੀਂ ਹੋਣਾ ਚਾਹੀਦਾ ਠੀਕ ਹੈ। ਚਲੋ ਇੱਕ ਅੱਧਾ ਦਿਨ ਅੱਗੇ ਪਿੱਛੇ ਹੋ ਵੀ ਜਾਵੇ ਤਾਂ ਰੋਜ਼ਾਨਾ ਡੇਲੀ ਬੇਸ 'ਤੇ ਇੱਕ ਜਿਹੜੀ ਵੀਡੀਓ ਨਾ ਉਹ ਅਪਲੋਡ ਹੋਣੀ ਚਾਹੀਦੀ। ਜਦੋਂ ਤੁਸੀਂ ਡੇਲੀ ਬੇਸ 'ਤੇ ਵੀਡੀਓ ਅਪਲੋਡ ਕਰਦੇ ਹੋ ਨਾ ਤਾਂ ਯੂਟਿਊਬ ਤੁਹਾਨੂੰ ਚੱਕ ਲੈਂਦਾ ਫੜ ਕੇ। ਮਗਰ ਕਿਉਂ ਉਹ ਭਾਵੇਂ ਤੁਹਾਡਾ ਜਿਵੇਂ ਦਾ ਵੀ ਕੰਮ ਹੋਵੇ ਤੁਹਾਨੂੰ ਲਾਜ਼ਮੀ ਤੌਰ 'ਤੇ ਉਹ ਹੈਲਪ ਕਰਦਾ। ਚੈਨਲ ਮੋਨੀਟਾਈਜੇਸ਼ਨ ਔਨ ਹੋਣ ਤੋਂ ਬਾਅਦ ਫਿਰ ਜਨਾਬ ਤੁਸੀਂ ਮਜ਼ੀਦ ਯੂਟਿਊਬ ਕੋਲ ਹੈਲਪ ਲੈ ਸਕਦੇ ਹੋ। ਇਹਦੇ ਵਾਸਤੇ ਲਾਜ਼ਮੀ ਤੌਰ 'ਤੇ ਤੁਹਾਨੂੰ ਨਾਲ ਸੱਜੇ ਖੱਬੇ ਪੰਗੇ ਹੋਣੇ ਚਾਹੀਦੇ। ਕਿਆ ਕਿਆ ਕਹਿਣਾ ਕਹਿਣਾ ਕਿਆ ਚਾਹ ਰਹੇ ਹੋ ਭਾਈ ਆਪ? ਜ਼ਿਆਦਾ ਅਕਾਊਂਟ ਹੋਣਾ ਚਾਹੀਦਾ ਟਿਕਟੋਕ 'ਤੇ ਸੇਮ ਉਸੇ ਨਾਮ 'ਤੇ ਇੰਸਟਾਗ੍ਰਾਮ 'ਤੇ ਔਰ ਪੇਜ ਜਿਹੜਾ ਨਾ ਉਹਦਾ ਲਾਉਣਾ ਚਾਹੀਦਾ ਫੇਸਬੁੱਕ ਦੇ ਉੱਤੇ ਕਿਉਂਕਿ ਕਾਫੀ ਜ਼ਿਆਦਾ ਟ੍ਰੈਫਿਕ ਪਾਉਂਦੀ ਹੈ ਅਦਰ ਜਿਹੜੀਆਂ ਐਪਸ ਨੇ ਉਹਨਾਂ ਤੋਂ। ਉਸ ਤੋਂ ਬਾਅਦ ਆਖਰੀ ਜਿਹੜੀ ਮੈਂ ਗੱਲ ਕਰਾਂਗਾ ਕੁਝ ਦੋਸਤ ਨੇ ਉਹਨਾਂ ਨੂੰ ਪਤਾ ਕੋਈ ਨਹੀਂ ਹੁੰਦਾ ਕਿ ਵੀਡੀਓ ਅਪਲੋਡ ਕਿਸ ਟਾਈਮ 'ਤੇ ਕਰਨੀ। ਜਿਹੜਾ ਸੋਸ਼ਲ ਮੀਡੀਆ ਦਾ ਜਿਹੜਾ ਟ੍ਰੈਫਿਕ ਟਾਈਮ ਨਾ ਯਾਨੀ ਕਿ ਜਿਸ ਜ਼ਿਆਦਾ ਵਿਵਰਸ਼ਿਪ ਹੁੰਦੀ ਹੈ ਉਹ ਟਾਈਮ ਸਟਾਰਟ ਹੋ ਜਾਂਦਾ ਤਕਰੀਬਨ ਸੈਕਿੰਡ ਟਾਈਮ 4 ਵਜੇ ਤੋਂ ਲੱਗ ਕੇ ਠੀਕ ਹੈ 4 ਵਜੇ ਤੋਂ ਲੱਗ ਕੇ ਤਕਰੀਬਨ 8 ਵਜੇ ਤੱਕ ਉਹਨੂੰ ਗਰਮੀਆਂ 'ਤੇ 8 ਵਜੇ ਤੱਕ ਅਗਰ ਸਰਦੀਆਂ ਆਉਣਗੀਆਂ ਤਾਂ ਇਹ ਫਿਰ 3 ਵਜੇ ਤੋਂ ਲੱਗ ਕੇ ਤਕਰੀਬਨ 6 ਵਜੇ ਤੱਕ ਠੀਕ। ਇਹ ਟਾਈਮ ਟੇਬਲ ਇਸ ਵਿੱਚ ਜਦੋਂ ਤੁਸੀਂ ਅਪਲੋਡ ਕਰੋਗੇ ਇਹ ਕਿਉਂ ਮੈਂ ਕਹਿ ਰਿਹਾ ਜਿਤਨੇ ਵੀ ਯਾਨੀ ਕਿ ਆਫਿਸ 'ਚ ਕੰਮ ਕਰਦੇ ਨੇ ਸਕੂਲਾਂ 'ਚ ਸਟੂਡੈਂਟ ਕਾਲਜ ਵਗੈਰਾ ਜੋ ਵੀ ਐਸਾ ਐਸਾ ਉਹ ਫਰੀ ਹੋਣਾ ਸ਼ੁਰੂ ਹੋ ਜਾਂਦਾ ਨਹਾ ਧੋ ਕੇ ਫਰੈਸ਼ ਹੋ ਕੇ ਫਿਰ ਉਹ ਸੋਸ਼ਲ ਐਕਟੀਵਿਟੀ ਸਟਾਰਟ ਕਰ ਦਿੰਦੇ। ਇਸ ਤਰ੍ਹਾਂ ਤੁਸੀਂ ਅਗਰ ਕੋਈ ਵੀਡੀਓ ਜਾਂ ਮਵਾਦ ਆਪਣਾ ਅਪਲੋਡ ਕਰੋਗੇ ਤਾਂ ਉਸ ਨੂੰ ਲਾਜ਼ਮੀ ਤੌਰ 'ਤੇ ਵਿਊ ਮਿਲਣਗੇ। ਇੱਕ ਦੈਨ ਲਾਸਟ ਇਹ ਵੇ ਕਿ ਜਿਹੜੀ ਤੁਹਾਡੀ ਜਿਸ ਵੀ ਟੋਪਿਕ 'ਤੇ ਵੀਡੀਓ ਹੈ ਭਾਵੇਂ ਪੋਇਟਰੀ ਹੈ ਫਨੀ ਹੈ ਜਾਂ ਵੀਲੌਗ ਹੈ ਉਸ ਨਾਲ ਰਲਦੇ ਮਿਲਦੇ ਜਿਹੜੇ ਥੱਲੇ ਐਸ਼ ਟੈਗ ਨੇ ਉਹ ਲਾਜ਼ਮੀ ਲਾਇਆ ਕਰੋ ਜਿਹੜੇ ਸਰਚਿੰਗ 'ਚ ਆਉਣ ਅਤੇ ਆਟੋਮੈਟਿਕਲੀ ਅੱਲਾ ਕਰਨਾ ਤਾਂ ਇਨਸ਼ਾਅੱਲਾ ਤੁਸੀਂ ਵੀਡੀਓ ਬਣਾਉਣਾ ਬਸ ਮਕਸਦ ਇੱਕ ਸੀ ਕਿ ਚੈਨਲ ਬਣਾਉਣ ਦਾ ਮਕਸਦ ਆਏ ਕਿ ਗਰੀਬਾਂ ਦੀ ਮਦਦ ਕਰਾਂ। ਅੱਲਾ ਪਾਕ ਮਦਦ ਕੀਤੀ ਹੈ ਬੰਦਿਆਂ ਮੇਰੀ ਮਦਦ ਕੀਤੀ ਹੈ ਮੇਰਾ ਚੈਨਲ ਹਿੱਟ ਹੋ ਰਿਹਾ ਦਿਨ ਬ ਦਿਨ ਤਰੱਕੀ ਕਰ ਰਿਹਾ ਅੱਲਾ ਪਾਕ ਦੁਆ ਨੂੰ ਖੁਸ਼ ਰੱਖੇ। ਚਲੋ ਇਹਨਾਂ ਅੱਗੇ ਟਰੇਕ ਦਿੱਤੇ ਨੇ ਬਾਕੀ ਉਹ ਚਿਸ਼ਤੀ ਸਾਹਿਬ ਵੀ ਦਿਨ ਦਿਨ ਮੇਰੇ ਕੋਲ ਤਾਂ ਟਰੇਕ ਕਹਿਣ ਕੋਈ ਨਾ ਮੈਂ ਤਾਂ ਟਰੱਕ ਥੱਲੇ ਆ ਸਕਣਾ ਟਰੇਕ ਮਹਿੰਗਾ ਹੀ ਨਹੀਂ ਦੇ ਸਕਦਾ। ਅੱਛਾ ਜੀ ਮੈਨੂੰ ਇੱਕ ਬੜੀ ਮਜ਼ੇਦਾਰ
ट्रिक ली है तो मैं इन्हों शेयर कर देना यूट्यूब के रिलेटिड सबसक्राइबर बढ़ाने वास्ते। अच्छा एक लड़की ना यूनिवर्सिटी में ना उन्हें ईवो अपने को रखी है पैकेज वाली अच्छा नैटवर्क का पैकेज वो ना हर बंद को जितने चार पाँच खड़े ना तो उत्थे जाके उन्हें की करना कि पूछना नैट है तुम्हारा पैकेज उन्हें कहना नहीं तो उन्हें कहना मेरा नैट आ नहीं तो कनैक्ट करो तो मेरा चैनल सबसक्राइब कर दो दो दस पंद्रह सैकेंड भी सैकेंड उन्हें वीडियो वेखनी चलानी फिर वो ना सबसक्राइब करते फिर अगे लड़कियों ने वैसे भी चैनल आपे ही उत्ते होंगे आहो तो आहो समझ गए तो वह तकरीबन उन्हें जो मैं चैक किया उसने तकरीबन 3500 सबसक्राइबर सन तो उन्हें दस्या ये कोई 5-6 दिन का काम है सारा ये बड़ी मज़ेदार जी ने ट्रिक के अपने मोबाइल से अच्छा जहा पैकेज लाओ तो जोड़ा बंदा आए उसने आखो भाई मेरा वाईफाई आन है कनैक्ट करके जरा नहीं मेरा चैनल सबसक्राइब कर दो अगर साड़ी वीडियो चंगी लगे और आखिर से एक और गल ऐड करा कि बाज का दोस्तों की वीडियो बड़ी कमाल दी होंदी लेकिन थंबनेल किसे काम दा नहीं होंदा। ओह नो थंबनेल विच इस तरह की अट्रैक्शन होनी चाहिए अच्छा। कि अगला मजबूर हो जाए तुहाडी वीडियो ओपन करने ठीक है अगर वीडियो पीछे अच्छी है यानी कि बंदा काम दा दे कपड़े जूती कपड़ा अच्छा नहीं है तो ओ इंजी आखन दे यार पता नहीं की बोल ठीक है अगर बंदा भी चंगा है उसका कपड़ा जूती भी चंगा है तो फिर वाकई बंदा लगेगा तुसी गल समझ गए होने जितनी भी अच्छी वीडियो बनाओ उस तो कई गुना ज़्यादा उसका अच्छा थंबनेल बनाओ ताकि अगला बंदा ज़्यादा मजबूर हो जाए यार आखिर इस वीडियो कोई है एक गल दैन सैकंड ये वे कि थंबनेल झूठ नहीं होना चाहिए आबाद का जितने भी मीडिया है ना मतलब खबर ये ज़्यादातर झूठ लिख दे वो बंदा जो ओपन करता बेच उस तरह की गल नहीं होती और दो तीन बार तो बंदा फसद फिर आता दफा करो चैनल नहीं ठीक है थंबनेल जरूर बनाओ अट्रैक्शन पैदा करो लेकिन झूठ ना आवे वीडियो भी अच्छी होंगी लेकिन थोड़ी की कुछ दोस्तों की ये होंगी है तुसी पूरी वीडियो ना वेंदे लाइक की बजाय डिसलाइक कर दे ठीक हो गया ब्रह मेरे बानी रिक्वेस्ट है मेरी ये जड़ा काम में छाड़ दियो किसी ने सपोर्ट नहीं करना ठीक है तुसी ना वीडियो वेखो डिसलाइक क्यों कर दे बाकी हंसते रहो तो वसते रहो अल्लाह सोने दे वाले तंदुरुस्त रहो।